पहला कल अमृतपाल सिंह की गिरफ्तारी मैंने शक है कि वह गिरफ्तार नहीं, वो इन्होंने कोल इलीगल कस्टडी ऑलरेडी है वा। आई एम अफ्रेड दैट ही मे बी ऑलसो किल्ड इन अ फेक इनकाउंटर। तुसी मैनू दसो कि तुसी RTI पा के देखो कभी तुहानू सिक्योरिटी की डिटेल दिंदी कोई सरकार? मैं बहुत बारी पा के देखी आ कि पूरा वेरवा दिओ सानू सिक्योरिटी डिटेल्स मंत्रियों की, भगवंत मान की, पुरानियां सरकारां चो कहिंदे जी वी कैनॉट शेयर सिक्योरिटी डिटेल्स बिकॉज ऑफ सिक्योरिटी रीजन फॉर बिकॉज ऑफ सेफ्टी। जिहड़ी चीज़ तुहानू RTI च नहीं मिल सकती तुसी चक के फेसबुकां ते ट्विटर ते पा रहे हो। सो सब तो पहली वड्डी गल आ कि तुरंत अज तुसी देख लिया है पंजाब दे लोकां दे जज्बात, जिन्हां लोकां ने सिक्योरिटी डिटेल्स शेयर कीतियां अपने पेजां ते उह सारिआं दे खिलाफ कार्रवाई ते परचे विच नाम होना चाहिए। दूसरा लॉरेंस बिश्नोई पंजाब जिहड़ा जिहड़ा भगवंत सिंह मान कहिंदा कि मैनूं कल्ली कल्ली गल दा पंजाब दे विच पता, उह शरेआम जेलां चों बैठा इंटरव्यू दे रहा वा। ठीक है DGP साहब कहिंदे उह साडी बठिंडे दी जेल नहीं, साडी जेल नहीं, फिर दसणा कित्थे आ? कस्टडी किहदी च आ उह? ਉਹ ਅਮਰੀਕਨ ਪੁਲਿਸ ਦੀ ਕਸਟਡੀ 'ਚ ਹੈ ਨਹੀਂ ਗਾ, ਕੈਨੇਡੀਅਨ ਪੁਲਿਸ ਦੀ ਕਸਟਡੀ 'ਚ ਨਹੀਂ ਗਾ, ਉਹ ਕਸਟਡੀ ਪੰਜਾਬ ਦੀ ਪੁਲਿਸ ਵਿੱਚ ਆ। ਉਹ ਕੀ CIA ਦੇ ਵਿੱਚ ਜਦੋਂ ਉੱਥੋਂ ਰੱਖਿਆ ਗਿਆ ਕਿ ਉੱਥੋਂ ਦੀ ਇੰਟਰਵਿਊ ਰਿਕਾਰਡਡ ਆ? ਜੇ ਜੇਲ੍ਹ ਵਿੱਚ ਆ ਤਾਂ ਕਿਹੜੀ ਜੇਲ੍ਹ ਵਿੱਚ ਆ? ਅਗਰ ਰਾਜਸਥਾਨ ਦੀ ਜੇਲ੍ਹ ਵਿੱਚ ਤਾਂ ਫਿਰ ਪੰਜਾਬ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਵਾ। ਲੇਕਿਨ ਜਿਸ ਢੰਗ ਦੇ ਨਾਲ ਉਸ ਦੀ ਇੰਟਰਵਿਊ ਨੂੰ ਛਾਇਆ ਕੀਤਾ ਗਿਆ, ਜਿਸ ਢੰਗ ਦੇ ਨਾਲ ਅੱਜ ਦੀ ਬਰਸੀ ਦੇ ਮੌਕੇ 'ਤੇ ਬਿਲਕੁਲ ਐਨ ਮੌਕੇ 'ਤੇ ਪਹਿਲਾਂ ਕੱਲ੍ਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਮੈਨੂੰ ਸ਼ੱਕ ਆ ਕਿ ਉਹ ਗ੍ਰਿਫਤਾਰ ਨਹੀਂ, ਉਹ ਇਹਨਾਂ ਦੇ ਕੋਲ ਇਲੀਗਲ ਕਸਟਡੀ 'ਚ ਆਲਰੇਡੀ ਹੈਗਾ ਵਾ। ਆਈ ਐਮ ਅਫਰੇਡ ਦੈਟ ਹੀ ਮੇ ਬੀ ਆਲਸੋ ਕਿਲਡ ਇਨ ਅ ਫੇਕ ਇਨਕਾਊਂਟਰ, ਦੇ ਕੈਨ ਗੋ ਟੂ ਐਨ ਐਕਸਟੈਂਟ। ਔਰ ਇਹ ਜਿਹੜਾ ਕੱਲ੍ਹ ਉਹਦੀ ਇਹ ਸਾਰੀ ਐਪੀਸੋਡ, ਸਾਰਾ ਇੰਟਰਨੈਟ ਬੰਦ, ਅਸੀਂ ਆਜ਼ਾਦ ਭਾਰਤ 'ਚ ਰਹਿੰਦੇ ਹਾਂ ਕਿ ਕਿਸੇ ਗੁਲਾਮ ਦੇਸ਼ ਵਿੱਚ ਰਹਿੰਦੇ ਹਾਂ? ਪੀਪਲ ਡੂ ਨੋਟ ਹੈਵ, ਦੇ ਆਰ ਨੋਟ ਅਲਾਊਡ ਟੂ ਈਵਨ ਯੂ ਨੋ ਐਕਸੈਸ ਟੂ ਵਾਟ ਇਜ਼ ਗੋਇੰਗ ਔਨ ਇਨ ਦ ਵਰਲਡ। 24 ਘੰਟੇ ਅੱਜ ਸਾਡਾ ਇੰਟਰਨੈਟ ਬੰਦ ਹੈਗਾ ਤਾਂ ਕਿ ਭੋਗ ਅਤੇ ਜਨਤਾ ਨਾਲ ਇਕੱਠੀ ਹੋ ਜਾਵੇ। ਅਤੇ ਲੋਕਾਂ ਨੇ ਤੁਸੀਂ ਦੇਖ ਲਿਆ ਕਿ ਜਦੋਂ ਤੁਸੀਂ ਕਿਸੇ ਗੱਲ ਨੂੰ ਪੰਜਾਬ ਨੂੰ ਦਬਾਉਂਦੇ ਆ ਉਹ ਉੱਡੀ ਹੀ ਤੇਜ਼ੀ ਦੇ ਨਾਲ ਉੱਭਰਦਾ। ਸੋ ਮੈਂ ਉਮੀਦ ਕਰਦਾ ਵਾਂ ਕਿ ਜਿਹੜੀ ਸਰਕਾਰ ਹੈ ਉਹ ਢੁੱਕਵੇਂ ਕਦਮ ਚੱਕੇਗੀ। ਸਿੱਧੂ ਮੂਸੇਵਾਲੇ ਦੇ ਕਾਤਲਾਂ ਜਿਹੜੇ ਵੀ ਹਨ, ਉਹ ਜਿਹੜੇ ਉਹਨਾਂ ਦੇ ਮਾਂ ਪਿਓ, ਜਿਹੜੇ ਉਹਦੇ ਪੇਰੈਂਟਸ ਅੱਛੀ ਤਰ੍ਹਾਂ ਜਾਣਦੇ ਕਿਹਨਾਂ ਕਿਹਨਾਂ ਦੇ ਨਾਲ ਦੁਸ਼ਮਣੀਆਂ ਸੀਗੀਆਂ, ਜਿਨ੍ਹਾਂ ਨੇ ਉਹਨਾਂ ਦੀ ਸਿਕਿਉਰਿਟੀ ਡਿਟੇਲ ਸ਼ੇਅਰ ਕੀਤੀਆਂ। ਔਰ ਜੇਲ੍ਹ ਵਿੱਚ ਆਦਮੀ ਇੱਕ ਗੈਂਗਸਟਰ ਸ਼ਰੇਆਮ ਕਹਿ ਰਿਹਾ ਮੈਂ ਸਲਮਾਨ ਖਾਨ ਨੂੰ ਠੋਕਣਾ ਵਾ, ਮਾਰਨਾ ਵਾ, ਅੱਜ ਤੱਕ ਕੋਈ ਕਾਰਵਾਈ ਨਹੀਂ। ਇੱਕ ਹਫ਼ਤਾ ਹੋ ਗਿਆ, ਦੋ ਇੰਟਰਵਿਊਜ਼ ਛਾਇਆ ਹੋ ਗਈਆਂ, ਨੋ ਐਕਸ਼ਨ ਐਟ ਆਲ। ਵਾਟ ਡਸ ਦਿਸ ਟੈਲ? ਦਿਸ ਟੈਲਸ ਕਿ ਪੰਜਾਬ ਦੇ ਲੋਕਾਂ ਵਾਸਤੇ ਦੋਹਰੇ ਕਾਨੂੰਨ ਨੇ, ਸਿੱਖਾਂ ਲਈ ਅਲੱਗਾ ਕਾਨੂੰਨ ਹੈ, ਔਰ ਜਿਹੜੇ ਇਹ ਹਿੰਦੂਤਵਾ ਪੋਲੀਟਿਕਸ ਦਾ ਪ੍ਰਚਾਰ ਕਰਦੇ ਨੇ, ਜਿਹੜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ, ਉਹਨਾਂ ਲਈ ਕਾਨੂੰਨ ਹੋਰ ਹੈਗਾ, ਉਹਨਾਂ ਨੂੰ ਐਕਸੈਸ ਹੈ, ਇੰਟਰਵਿਊ ਆ, ਜਿਹੜੇ ਜਰਨਲਿਸਟ ਉਹਨਾਂ ਨੂੰ ਕਰਕੇ ਕੋਈ ਪੁੱਛਣ ਵਾਲੇ ਨਹੀਂ। ਇਸ ਇਹ ਅੱਜ ਪੰਜਾਬ ਦੇ ਵਾਤਾਵਰਨ ਹੈ, ਔਰ ਮੈਂ ਇਸ ਗੱਲ ਦੀ ਨਿਖੇਧੀ ਕਰਦਾ ਵਾਂ। ਔਰ ਉਹ ਗੱਲ ਠੀਕ ਕਹੀ ਬਲਕੌਰ ਸਿੰਘ ਨੇ ਕਿ ਜੱਜਸ ਨੂੰ, ਚੀਫ ਜਸਟਿਸ ਨੂੰ ਮੇਰੀ ਅਪੀਲ ਆ ਪੰਜਾਬ ਹਰਿਆਣਾ ਹਾਈਕੋਰਟ ਨੂੰ ਕਿ ਸੂਓ ਮੋਟੋ ਕੋਗਨੀਜੈਂਸ ਲਵੋ ਅਤੇ ਉਸ ਗੈਂਗਸਟਰ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ।